ਹੈਲੋ ਫਰੈਂਡਸ, ਤਾਂ ਅੱਜ ਮੈਂ ਅਤੇ ਮੈਂ ਪ੍ਰੀਆ ਚਲੀ ਪਈ ਹਾਂ ਮੀਨੂ ਉਹਦੇ ਘਰ, ਕਿਉਂਕਿ ਸਹਾਰੀਓ ਹਰ ਵਾਰ ਗਿਆ ਲਾਮਾ ਦਿੰਦੀ ਕਿ ਤੋਹਾਂ ਨਹੀਂ ਆਉਂਦੀਆਂ ਕੱਲੂ, ਹਾਂ ਕੱਲੂ ਹੈ ਇੱਥੋਂ ਲਾਈ ਕੇ ਹਿਲਾ ਰਹੀਆਂ ਲੱਗਾ ਕਿ ਬਰਫਾ ਦਿਖਾਣਾ ਚਲੀਆਂ ਮੈਂ ਤੇ ਜੋ ਗਾਂ ਰੱਖਣੇ ਬੋਲਾ ਪਾਗਲ ਨਾ ਕਟੋਰੀ ਚ ਸਹੀ ਦੁੱਧ ਲੱਗਦਾ ਹੱਥੇ ਕਹਿੰਦੇ ਮੈਂ ਹੱਥੇ ਦੋਸਤੋ ਨੇ ਦੇਖਿਆ ਅੱਜ ਕੱਟਦਿਆਂ ਨੇ ਭਰਾ ਤੂੰ ਮੇਰੇ ਕੱਟ ਦਿਆ ਮੈਂ ਤੇਰੇ ਕੱਟੂੰਗੀ ਨਹੀਂ ਤੂੰ ਬੇਇੱਜ਼ਤੀ ਕਰਨਾ ਹੀ ਹੈ ਮੇਰੀ ਨਹੀਂ ਤੂੰ ਆਪੂ ਬੋਲੇ ਮੈਂ ਕਠਪੁਤਲੀ ਮੈਂ ਪਹਿਲਾਂ ਹਾਂ ਨਾ ਕਠਪੁਤਲੀ ਹਾਂ ਦੋਸਤੋ ਮੈਂ ਬੋਲਿਆ ਵੀ ਕਠਪੁਤਲੀ ਵਾਲਾ ਡਾਂਸ ਕਰਵਾਉਂਦੀ ਸੀ ਕਿ ਹਿੰਦੀ ਟੀਚਰ ਥੇ ਨਾ ਸਾਡੇ ਤਦੀ ਨਾ ਕਰਵਾਇਆ ਹਾਂ ਮੈਂ ਜਦੋਂ ਬੋਲੂੰਗੀ ਖੈਰ ਪਹਿਲਾਂ ਕਠਪੁਤਲੀ ਬੋਲਦੇ ਸੀ ਤੇਰਾ ਨਾ ਹੀ ਤਾਂ ਮੈਨੂੰ ਹੀ ਪਤਾ ਲੱਗਣਾ ਚਾਹੀਦਾ ਤੈ ਕਠਪੁਤਲੀ ਕੌਣ ਮੈਂ ਪੰਗਲ ਲੈ ਸਕਦੀ ਪਤਾ ਕਹਿਓ ਕਿਉਂਕਿ ਇਹ ਤੇ ਨਾ ਫਨੀ ਫਨੀ ਸਕਰੀਨ ਸ਼ੋਟ ਨਾ ਮੈਂ ਜਲੇ ਯੂਟਿਊਬ ਤੇ ਪੰਗਾ ਨਹੀਂ ਲੈ ਸਕਦੀ ਮੈਂ ਨਾ ਪੰਗਾ ਕਰਤਾ ਤਾਂ ਤੀਜੇ ਪਤਾ ਹੀ ਹੈ ਨਾ ਚਪੜਾ ਦੇਖਾ ਹੈ ਡਿਲੀਟ ਹੀ ਨਹੀਂ ਹੈਗੀ ਡਿਲੀਟ ਕਰਨਾ ਚਪੜਾ ਤਾਂ ਸੰਗ ਲੈਣੀ ਹੈ ਪ੍ਰੀਆ ਮਨਾਲੀ ਬਰਫ ਦੇਖਿਆ ਹੈ ਜਾਣਾ ਹੋਣਾ ਦੇਖ ਕਿੱਡਾ ਮੋਟਾ ਖੱਲਾ ਲਾਈ ਤੇ ਅੰਨਾ ਮਿੰਦੇ ਦੋਸਤੋ ਮੈਂ ਹੀ ਬਣਾਈਓ ਤਾਂ ਮੈਂ ਜੋ ਫਿਕਰ ਹੈ ਸਦੀ ਤੇ ਫਿਰ ਨਹੀਂ ਠੰਡ ਹੁੰਦੀ ਕਹਿੰਦਾ ਉਹ ਆ ਚਲਦੀ ਤਾਂ ਤੀਜੇ ਨਹੀਂ ਮਰੀ ਜਾਣਾ ਹੁੰਦੀ ਉਹ ਹਾਂ ਤਾਂ ਐਸੇ ਮੈਂ ਮੋਟਾ ਦਿਖਾਦਾ ਬਰਫਾ ਦਿਖਣਾ ਚਲੀ ਵੱਡੇ ਬੂਟ ਪਵਾਏ ਤੇ ਹੁੰਦੇ ਨਾ ਹੈ ਸੇੜੇ ਵਾਲੇ ਦੋਸਤੋ ਚਾਹ ਪੀ ਬੈਠੀ ਆਂਟੀ ਹੁਣ ਬੋਲਿਆ ਦੇ ਕਿ ਤੁਹਾਨੂੰ ਮੂਲੀਏ ਖੱਟੇ ਨੇ ਭਾਤ ਖਵਾਏ ਰਾਜਵਾ ਤੂੰ ਪਿਆ ਗਿਆ ਦੱਸੀ ਹੀ ਦੋਸਤੋ ਰਾਜਵਾ ਨਾ ਚੋਲ ਲਾਏ ਖਾਣਾ ਆਂਟੀ ਬੋਲੇ ਫਿਰ ਮੈਂ ਤੁਹਾਂ ਗਰਮ ਕਰ ਦੇਣੀ ਆ ਬੋਲਿਆ ਕਹਿੰਦਾ ਫਿਰ ਤੁਹਾਂ ਧੁੱਪਾ ਧੁੱਪਾ ਪੀ ਆ ਮੈਲੇ ਠੀਕ ਹੈ ਮਹਾਂ ਡੋਰੂ ਮੈਂ ਤਾਂ ਖਾ ਲਾਇਆ ਭਾਤ ਖਾਣਾ ਟੈਂਸਰ ਮਤਲਬ ਚਪੜਾ ਦੇਖਾ ਨਾ ਮੈਨੂੰ ਵੈਸੇ ਕੁਛ ਵੀ ਹੈ ਤੂੰ ਹਾਰਾ ਕੇ ਇੱਡਾ ਖਿਆਲ ਰੱਖਦੀ ਤੀਜੇ ਪਤਾ ਮੇਰੇ ਕਨੇ ਸਾਡੇ ਰਾਜਮਾ ਫੇਵਰੇਟ ਹਨ ਤਾਂ ਤੂੰ ਰਾਜਮਾ ਬਣਾਏ ਨਾ ਹੋਰ ਕੀ ਮਿਰਚ ਵੀ ਆਈ ਹੋ ਮਿਰਚ ਤਾਂ ਇਹ ਹੈ ਲਿਆ ਹੰਡੀ ਉਹਨੇ ਬਾਅਦ ਲੈਣੀ ਮੈਂ ਕਦੇ ਆ ਬਣੇ ਐਕਸੂ ਉੱਡਾ ਟੇਸਟੀ ਸਵਾਦ ਹੀ ਸਾਗ ਮੈਂ ਖਾਂਦੀ ਨੇ ਪਰ ਤੂੰ ਛਾਲ ਬਣੇ ਆ ਆਈ ਕੁਰਕੜੇ ਜੋ ਦੋਸਤੋ ਖਾਈ ਪੀ ਬੈਠੀਆਂ ਨਹਾ ਨਾ ਹੁਣ ਨਹਾਂਜੋ ਨਾ ਧੁੱਪਾ ਬਿਠਾ ਲਈ ਤੇ ਵੈ ਉਹ ਗੁਲਾਬ ਜਾਮੁਨ ਤਾਂ ਖਾਧੇ ਨੀ ਭਰੀਆ ਉਹ ਆਹੀ ਲੋਂਦੇ ਕਹਿੰਦਾ ਹਾਂ ਖਾਈ ਲੈਣੇ ਖਾਣਾ ਪੂਣ ਤਾਂ ਲਿਆ ਹੀ ਇਹ ਤਾਂ ਖਾਈ ਬੈਠੀ ਹੋਈ ਕੀ ਖਾਈ ਬੈਠੀ ਹੈ ਤੂੰ ਉਹ ਹੰਜ ਦਿਖਾ ਇੰਨਾ ਹੰਜ ਦਿੱਤਾ ਵੀ ਨਹੀਂ ਕਹਿੰਦਾ ਦੋਸਤੋ ਬੜੀ ਖਰਾਬ ਹੈ ਇਹ ਤੋੜ ਲੁਰਿਆ ਇਹਨੇ ਵੀ ਦੱਸਣਾ ਹਾਂ ਹਾਂ
ਸੋਏ ਵਾਲੀ ਗੋਟੀ ਲਈ ਮਜ਼ਾਕ ਕਰੀ 600 ਦੀ ਹੈ 600 ਦੀ ਹੈ ਹਾਂ ਹਾਂ ਗੁਲਾਬ ਜਾਮੁਨ ਕੁਛ ਕਾਲੇ ਰਹਿੰਦੇ ਫੇਮਸ ਦੁਕਾਨ ਬਿਲਕੁਲ ਤਾਜੇ ਬਣਾਉਂਦੇ ਗਿਰੀਆ ਬੂਰੇ ਵਾਲਾ ਲੈ ਵੱਡਾ ਤੇ ਲੈਣਾ ਛੋਟਾ ਤੇ ਲੈਣਾ ਤਾਂ ਕਿਉਂਕਿ ਤੇਰਾ ਪੇਟ ਛੋਟਾ ਨਾ ਹਾਂ ਹਾਂ ਉਹ ਬੜਾ ਬੜਾ ਅੱਛਾ ਲੱਗਦਾ ਨਾ ਨਾ ਸਾਰੇ ਜ਼ਿਆਦਾ ਪੈਸੇ ਤੂੰ ਤੇ ਮਿਠਾਈ ਲੈਂਦੇ ਉਹ ਤੂੰ ਐ ਹਾਲੀ ਜਮਾਨਾ ਵਾਲ ਰੋਲ ਨਾ ਤੇ ਤੂੰ ਮੈਨੂੰ ਭਰੀਆ ਬੋਲਿਆ ਮੈਂ ਲੈ ਇਸੇ ਤੂੰ ਲੱਡੂ ਮੈਂ ਡੱਬੇ ਲੈ ਬੋਂਗੀ ਤੂੰ ਖਰੇੜ ਦੀ ਮੈਂ ਖਰੇੜ ਦੀ ਗਈ ਮੈਂ ਪਾਰੇ ਟਪਾਉਣ ਦੀ ਤੁਹਾਨੂੰ ਤੱਕ ਤਾਂ ਮੈਨੂੰ ਕੀ ਬੋਲਣਗੀ ਲੱਡੂ ਮੈਂ ਡੱਬਾ ਸੁਭਾਅ ਬੋਲੀ ਮੈਂ ਤਾਂ ਤੀਜੀ ਦੇਖੀ ਯਾਦ ਹੀ ਬੋਲਿਆ ਜਬਦਾ ਮੇਨ ਰੋਡ 'ਚ ਕਹਿੰਦਾ ਨਾ ਵੱਡੀ ਫਿਕਰ ਕਰਦੀ ਦੋਸਤੋ ਇਹ ਮੇਰੀ ਵੱਡੀ ਜ਼ਿਆਦਾ ਫਿਕਰ ਤਾਂ ਮੈਂ ਐਸਾ ਕਰਨਾ ਜਾਣਾ ਪ੍ਰੈਫਰ ਕਰਦੀ ਹੋਰ ਨਾ ਕਰਨਾ ਜਾਣਾ ਤਾਂ ਹੋਰ ਕਿਆ ਬੋਲਦੇ ਹੁਣ ਕਿਆ ਕਰਗੀ ਤੂੰ ਗਾਏ ਤੇ ਟਰੱਕ ਉਹਦਾ ਹੁਣ ਕਿਆ ਕਰਗੀ ਇਹ ਮਿੰਜ ਇਹ ਪਹਿਲਾ ਇਨਸਾਨ ਜਿਹੜਾ ਮਿੰਜ ਬੋਲਦੀ ਡਰ ਮਾ ਤੂੰ ਨਿਕਲ ਆਪਣੀ ਸਾਈਡ ਚੱਲ ਰਿਹਾ ਆਪਣੀ ਸਾਈਡ ਚੱਲ ਰਿਹਾ ਤੂੰ ਇਹ ਬੋਲਦੀ ਠੀਕ ਹੈ ਹੁਣ ਘੁੰਮਣਾ ਜਾਣਾ ਨਾ ਤਿੱਥੋਂ ਤਾਂ ਬਣਾਂਗੇ ਪਾਠ ਗਾਏ ਦਾ ਇਹ ਵੀ ਬਿਠਾ ਨਹੀਂ ਬਜਾ ਬਹਿਣਾ ਬਜਾ ਗਾਂ ਖੇਡਦੇ ਆ ਸੇ ਦੇਖੀਏ ਜਵਾਨੀ ਆ ਮੈਂ ਚਲਾ ਕੇ ਗੱਲ ਦੋਂਦੇ ਬਚਾ ਮੈਂ ਠੀਕ ਹੈ ਚਲਾ ਲੈਂਦੀ ਦਿਖਦੀਆਂ ਨੂੰ ਮੱਕਾ ਸਿੱਖਿਆ ਲੈ ਸਿੱਖਾ ਲਈ ਹੈ ਦੋਸਤੋ ਮੀਨੂ ਉਹਦੇ ਘਰੇ ਵੱਖਾ ਬਾਈਕ ਪਤੀਆ ਦਾ ਵਾਗ ਤਾਂ ਸੋਚਦੀ ਤੂੰ ਵੀਡੀਓ ਬਣਾਈ ਹੁੰਦੀ ਆ ਕੱਲ ਦੋਸਤੋ ਆਪਣਾ ਹੀ ਘਰ ਹੈ ਖਰੇ ਪਤਾ ਕਹੋ ਕਿਉਂਕਿ ਬੜੀ ਠੰਡ ਹੈ ਬੜੀ ਠੰਡ ਹੈ ਕਹਿੰਦੇ ਇਸਾ ਦੇ ਕਮਰੇ ਤੱਕ ਲਾ ਬਰਫ਼ ਹੈ ਪਵਾ ਦੀ ਦੋਸਤੋ ਤੇ ਇਹ ਹੈ ਕੁਛ ਪਤੀਆਂ ਦੇ ਬਾਗੇ ਦਾ ਨਜ਼ਾਰਾ ਕਹਿੰਦਾ ਮੈਂ ਤਾਂ ਬੋਲਦੀ ਦੋਸਤੋ ਇਹ ਹਾੜੇ ਘਰੇ ਵੱਖਾ ਵਾ ਤਾਂ ਮੈਂ ਕਹਿੰਦਾ ਸਰਾਲ ਤਾਂ ਵੀਡੀਓ ਬਣਾਈ ਬਣਾਈ ਕੇ ਨੀ ਥੱਕਣਾ ਕਿਤਨਾ ਪਿਆਰਾ ਹੈ ਮੀਨਾਕਸ਼ੀ ਥੋੜੇ ਦੇ ਪੱਤਰ ਤੋੜ ਲਏ ਚੱਲ ਜਾਈਏ ਘਰ ਪੱਤੀ ਬਣਾ ਗਈਆਂ ਹੈ ਨਹੀਂ ਆਉਂਦੀ ਬਣਾਉਣਾ ਪਰ ਕੋਸ਼ਿਸ਼ ਕਰ ਗਈਆਂ ਤੇ ਜੋਂਦੀ ਬਣਾਉਣਾ ਤੂੰ ਤਾਂ ਬੋਲਦੀ ਨੇ ਲੱਕੜ ਮਟਾਉਂਦੀ ਮੈਂ ਬੋਲੀ ਹੈ ਹਾਂ ਹਾਂ ਇਹ ਦੇਖਣੇ ਤਾਂ ਗੰਜੇ ਹੋਈ ਉਹ ਤਾਂ ਹਾਂ ਬਣਾਈ ਬੈਠੀ ਹੈ ਰੀਲਾ ਕਹਿੰਦਾ ਇਹ ਕੁੜੀ ਦਿਖਾ ਹੁਣ ਕਿਆ ਉਹਦਾ ਦੌੜ ਲਗਾਈ ਕਿਉਂ ਰਹੇ ਤਾਂ ਫਿਰ ਬੇਟਾ ਪੀ ਲੱਗ ਪਾਉਣੀ ਨੀ ਲੱਗਦੀ ਜਦ ਦੌੜ ਲਗਾਈ ਕਿਉਂ ਦੌੜਦੀ ਥੋੜੀ ਦੇਰ ਆਏ ਤੇਰਾ ਪਰਸ ਨੀ ਜਾਂਦਾ ਪਾਈਆ ਕੁੱਥੇ ਵੀ ਤੇਰਾ ਪਰਸ ਹੈ ਵੇ ਤੀਜੇ ਦੀ ਦੋਸਤੋ ਥੋੜੀ ਦੇਰ ਪਹਿਲੇ ਨਾ ਤਾਂ ਫੋਟੋ ਸ਼ੂਟ ਤੋਂ ਹਾਂ ਦਿਖਦੇ ਨਾ ਤਾਂ ਤੋਹਾਂ ਬੋਣਾ ਵਿਆਹ ਦੀ ਐਲਬਮ ਮੈਂ ਬਣਾ ਦੀ ਤੜੀ ਤਾਂ ਥੋੜੀ ਤੀ ਕਿਆ ਥੋੜੀ ਤੇ ਆ ਅੱਛਾ ਅੱਛਾ ਦੋਸਤੋ ਥੋੜੀ ਦੇਰ ਪਹਿਲਾਂ ਦਿਖਦੇ ਨਾ ਤਾਂ ਐਸੀਆਂ ਐਸੀਆਂ ਫੋਟੋ ਲੈਣ ਕੋਲ ਵਿਆਹ ਦੀ ਐਲਬਮ ਮੈਂ ਬਣਾ ਰੁਮਾਲ ਹੁਣ ਤੀਜੇ ਪਤਾ ਦੋਸਤੋ ਬਲੌਗ ਬਣਾ ਹਜੇ ਬਲੌਗ ਨੀ ਬਣਾ ਨੱਕ ਪੂੰਜੀ ਲਿਆ ਹਾਉਣੀ ਦੋਸਤੋ ਪਤਾ ਨਹੀਂ ਪਚਦੇ ਨੀ ਮੈਂ ਤੇਜੂ ਬੋਲੇ ਭਾਈ ਮੈਂ ਚਾਹ ਨੀ ਪੀਂਦੀ ਪਹਿਲਾਂ ਰੋਟੀ ਖਾਣੇ ਤੇ ਬਾਅਦ ਪੀਂਦੀ ਪਰ ਤੁਸੀਂ ਮੈਨੂੰ ਖਾਣੇ ਤੇ ਪਹਿਲਾਂ ਪਿਆਈ ਸੀ ਕਿਸ ਤੇ ਬਾਅਦ ਫਿਰ ਮੈਨੂੰ ਗੁਲਾਬ ਜਾਮੁਨ ਖਵਾਈ ਤੇ ਹਾਂ ਮੇਨ ਗੱਲ ਮੈਂ ਬੋਲਦੀ ਨਾ ਮੈਨੂੰ ਤੱਤਾ ਪਾਣੀ ਨੀ ਲੱਗਦਾ ਖਰਾ ਸਾਹਿਬ ਤੀਦੀ ਵਜ੍ਹਾ ਤੇ ਵੀ ਹੋਇਆ ਕੋਸਾ ਪਾਣੀ ਮੈਂ ਪੀਂਦੀ ਤੀ ਸੀ ਮੈਨੂੰ ਤੀਦੀ ਨਾ ਉਲਟੀਆਂ ਆਉਂਦੀਆਂ ਸਿੰਘਾ ਮੈਨੂੰ ਠੰਡਾ ਦੇ ਨੀ ਪਹੁੰਚੀ ਉਲਟਾ ਦੇ ਨੀ ਪਰ ਮੈਨੂੰ ਤੱਤਾ ਮਾ ਤਾਂ ਦਿੰਦੇ ਨੇ ਦੋਸਤ ਤੁਹਾਨੂੰ ਬੋਲੀ ਮੋਮੋ ਖਵਾਈ ਦੀ ਮੈਂ ਤੁਹਾਨੂੰ ਜਮਾ ਖਲਾਈ ਮੈਨੇ ਖਲਾਈ ਖਲਾਈ ਦੀ ਇੱਥੇ ਤੇ ਕੱਟਾਈ ਇੱਥੇ ਤੁਹਾਨੂੰ ਖਵਾਈ ਦੇ ਭਾਈ ਯਾਰ ਕਿਆ ਕਰਨਾ ਹੁਣ ਉਹ ਦਾਦਾ ਹੈ ਦੋਸਤੋ ਗੁੱਡ ਮਾਰਨਿੰਗ ਪ੍ਰੀਆ ਗੁੱਡ ਮਾਰਨਿੰਗ ਮੀਨੂ
ਤੂੰ ਤਾਂ ਦੰਦਾ ਕੱਢਦੀ ਆ ਰਹਿ ਕੇ ਨੀਨੂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤਮਲੇ ਟਾਈਸ ਲੱਗਦੇ ਆਪਣੇ ਪਿਆ ਕਿੰਨੇ ਵਜੇ ਉੱਠ ਬੈਠੀ ਇਹ 5 ਵਜੇ ਕਰ 5 ਵਜੇ ਉੱਠ ਕੇ ਕੀਤਾ ਕੀ ਆਈ ਨੇ ਸੋਤ ਦਿੱਤੀ ਇਹਨੇ ਕਿਆ ਸੋਤ ਦਿੱਤੀ ਦੇਖੋ ਪਿਆਗਾ ਝੂਠ ਬੋਲੀ ਤਾਂ ਇਹਨੇ ਦੋਸਤੋ ਪੁੱਟੀ ਵੀ ਝੂਠ ਬੋਲਦੀ ਹੈ ਪਿਆਗਾ ਉੱਠ ਕੇ ਇਹਨੇ ਸਿਰਫ ਫੋਨ ਹੈ ਪਰ ਹਲੇ ਵੀ ਕਮਲੇ ਹੇਠ ਲਏ ਇਹਨੇ ਟੈਕ ਲਗਾਏ ਰੱਖੇ ਆ ਮੈਂ ਨਹੀਂ ਲਈ ਹਲੇ ਹੁਣ ਉੱਠੀ ਇਹ ਤੂੰ ਲੀਣੀ ਹੈ ਤੂੰ ਦਾਏ ਬਾਏ ਜਾ ਮੇਰੀ ਤਰਫ ਆਏ ਫੁੱਲ ਬੜੀਆਂ ਦਈਆਂ ਤਲੀਆਂ ਬਾਂਸ ਸਹਿਤੀ ਨੇ ਹਾੜੇ ਵੱਖਾ ਬੋਲਦੇ ਮਤਲਬ ਬਾਈ ਕਦੇ ਇਹਨੇ ਬਾਹਾਂ ਬੋਲਦੇ ਮਗਰ ਥਾਪੀ ਜਿਹੜੇ ਸੀ ਬੋਲਦੇ ਨੇ ਕੱਪੜੇ ਧੋਂਦੇ ਸੀ ਆਹਾਂ ਬੋਲਦੇ ਧੋਣੂ ਤਾਂ ਇਹ ਬੋਲਦੇ ਜਾਲੀ ਮੈਂ ਬੋਲਦੀ ਤੈ ਹਾਂਜੋ ਸੜਿਆ ਵਿਗਾੜੀ ਕਦੂਏ ਬੋਲਦੇ ਪੇਠਾ ਕਦੂਏ ਤਾਂ ਕੱਦੂ ਬੋਲਦੇ ਤਾਂ ਬੋਲਦੀ ਪੇਠਾ ਸਾਗੇ ਬੋਲਦੇ ਭੁੱਜੀ ਰਾਤੀ ਦੇ ਇੱਕ ਵਜੇ ਤੱਕ ਚਿਕਾ ਖਾਏ ਤਿੰਨ ਲੱਡੂ ਖਾਏ ਹੜੇ ਤੇਰਾ ਲੱਡੂ ਤਿੰਨ ਖਾਏ ਹੜੇ ਦੋਸਤੋ ਵੱਡੀ ਗੰਦੀ ਦੀ ਛੋਕਰੀ ਏ ਜੂੜਾ ਕਿੰਨਾ ਬਣਾ ਲਿਆ ਮੈਂ ਸੁਲਾ ਟ੍ਰੇਨ ਪੁੱਜੀ ਇਹੀ ਹੈ ਤਾਂ ਪ੍ਰਿਆ ਬੋਲਦੀ ਸੀ ਕਿ ਵੀਡੀਓ ਬਣਾਉਣੀ ਹੈ ਪਰ ਵੀਡੀਓ ਕਿੰਨਾ ਬਣਾਉਣੀ ਕਿਉਂਕਿ ਤੂੰ ਤਿਆਰ ਨੀ ਹੋਈ ਤਾਂ ਕਿੰਨਾ ਬਣਾਉਣੀ ਚੁੱਪ ਕਰਵਾਈ ਹੈ ਨਾ ਨਾ ਰੋਂਦੇ ਨੀ ਚਿੱਟੇ ਝੋਲੇ ਚ ਪਾਈ ਤਾਂ ਲਾਗੇ ਇਹ ਕਰਾ ਦੀਆਂ ਤਾਂ ਉਹ ਵੀ ਪੈਂਟ ਸ਼ਰਟ ਪਾਈ ਗਈ ਤਾਂ ਮੇਰੀ ਸੂਟ ਲਾਣੀ ਪੈ ਗਈ ਤਾਂ ਸੂਟ ਲਗਾਈ ਲਿਆ ਤਾਂ ਬੂਟ ਵੀ ਪਾਈ ਦੇ ਚਲੋ 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 ਲੇਟ ਹੋਈ ਜਾਣਾ ਵੈ ਬੱਸ ਨਿਕਲ ਜਾਣੀ ਅਕਸੂ ਚਲੋ ਚਲੋ ਬੱਸ ਨਿਕਲ ਜਾਣੀ ਬੱਸ ਨਿਕਲ ਜਾਣੀ ਅੱਛਾ ਕੱਲ ਕੁਣ ਦੀ ਆਈ ਸੀ ਸਾਡੀ ਬੱਸ ਜੋਤੀ ਜੋਤੀ ਚਲਾ ਹੇ ਮੈਡਮਾਂ ਚੱਲੀ ਚੱਲੀਆਂ ਦੋਨੋਂ ਦੇਖ ਜੁੱਤੀਆਂ ਪਾ ਕੇ ਚੱਲੀਓ ਵੈ ਕੰਨਾਂ ਉਹਨਾਂ ਬੂਟ ਪਾਏ ਹੁਣ ਕਾਲੇ ਵੀੜੀ ਲਾਈ ਨਾ ਦੇਖੇ ਲੈ ਆਂਟੀ ਵੀ ਬੋਲਾ ਦੇ ਕੀ ਪਟੀਆਂ ਜਾ ਪਟੀਆਂ ਆ
ਦੋਸਤੋ ਤਾਂ ਚਲੀ ਪਈਆਂ ਨੇ ਘਰੇ ਆਪਣੇ ਆ, ਸਫ਼ਰ ਬੜਾ ਲੰਬਾ ਵਹਾੜਾ, ਤਾਂ ਘੰਟਾ ਡੇਢ ਘੰਟਾ ਬਹਿਣਾ ਪਾਉਣਾ ਕਿਉਂਕਿ ਬੜੀ ਦੂਰ ਹੈ ਕਾਂਗੜਾ ਜਾਣਾ। ਸੁਣਾ ਦੇ ਤਾਂ ਗਾਂ ਤਾਂ ਤਾਂ ਜੋ ਦੱਸਦੇ ਤਾਂ ਕਿ ਹੱਕ ਤੁੱਕ ਤੂੰ ਪਹੁੰਚ ਗਿਆ ਨੇ, ਅਗਰ ਟਾਈਮ ਲੱਗਾ ਤਾਂ ਛੋਟੀ ਜਿਹੀ ਜਰਨੀ, ਛੋਟੀ ਜਿਹੀ ਜਰਨੀ ਦੱਸ ਕੇ ਤਾਂ ਜੋ। ਤਾਂ ਦੋਸਤੋ ਫਾਈਨਲੀ ਆਹ ਘਰ ਪਹੁੰਚੀਆਂ ਨੇ, ਮੈਡਮ ਹੋਰ ਸਕੂਟਰੀ ਲਗਾਉਂਦੇ ਨੇ। ਦੋਸਤੋ ਮੈਂ ਕਹਿੰਦਾ ਸਰਾਜ ਜੀ ਘਰ ਪਹੁੰਚੀ ਹਾਂ, ਤਾਂ ਕਦੇ ਲੱਗਾ ਤਾਂ ਘਰ ਪੁੱਜ ਕੇ ਬੜਾ ਵਧੀਆ, ਪਰ ਥੋੜ੍ਹਾ ਦੁੱਖ ਵੀ ਹੋਇਆ। ਦੇਖੀ ਸਕਦੇ ਦੇਖਾ ਰੁਆਈ 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 ਧੀਏ ਪੂਰੀ ਮੋਟੀ ਜੈਕਟ ਲਗਵਾਈ, ਇਹੀ ਤਾਂ ਦੇਖੀ ਤਾਂ ਸੀਤਨ ਲੱਗਾ ਤੀਜੋ ਲਪਿਸਟਿਕ ਖਾ ਛੜੀ ਤੁਸੀਂ ਕਨੈਕਟਰ ਐਵੇਂ ਮੇਰਾ ਏ, ਸੀਟੀਆਂ ਮਾਰਦੀ ਰਹਿੰਦੀ ਪਜਾਣ ਤੇ ਅਕਸੂ, ਚੱਲ 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 ਨਹੀਂ ਆਇਆ ਕੁਛ ਨਹੀਂ ਆਇਆ ਕੁਛ, ਹੱਥ ਕਰਦੀ ਤਾਂ ਚੱਲਿਆ ਹਾਂ ਤਾਂ। ਠੀਕ ਹੈ ਦੋਸਤੋ, ਤਾਂ ਬਲੌਗੇ ਦਾ ਐਂਡ ਇੱਥੇ ਕਰਦੇ, ਮਿਲਦੇ ਜਲਦੀ ਆਹ ਨੋਏ ਬਲੌਗੇ ਨਾ, ਕਹਿੰਦੇ ਮੇਰੇ ਚੈਨਲ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ, ਇੱਕ ਲਾਈਕ ਕਮੈਂਟ ਸ਼ੇਅਰ, ਬਾਏ।